ਮੇਰਾ ਪਰਿਵਾਰ ਤਕਰੀਬਨ 80 ਸਾਲ ਤੋਂ ਕਾਂਗਰਸ ਪਾਰਟੀ ਦੇ ਨਾਲ ਵਿਵਸਥਾ। ਮੈਂ ਸਮਝਦਾ ਵੀ ਕਿਸੇ ਵਕਤ ਇੰਡੀਵਿਜੁਅਲ ਇੰਟਰਸਟ ਨੂੰ ਪਿੱਛੇ ਛੱਡ ਕੇ ਬਰੋਡਰ ਇੰਟਰਸਟ ਜਿਹੜਾ ਉਹ ਲੈਣਾ ਚਾਹੀਦਾ। ਔਰ ਅੱਜ ਪੰਜਾਬ ਦੇ ਹਾਲਾਤ ਐਸੇ ਨੇ ਜਿੱਥੇ ਅੱਜ ਕਈ ਤਰ੍ਹਾਂ ਦੇ ਮਸਲੇ ਨੇ, ਜਮਹੂਰੀਅਤ ਦੀ ਬਹਾਲੀ ਆ, ਜ਼ੋਰ ਜ਼ੁਲਮ ਦੇ ਖਿਲਾਫ ਲੜਾਈ ਆ, ਅਨਇੰਪਲੋਇਮੈਂਟ ਆ, ਇਹਨਾਂ ਸਾਰੇ ਮੁੱਦਿਆਂ ਨੂੰ ਅਸੀਂ ਅੱਗੇ ਲੈ ਕੇ ਇੱਕ ਉਜਵਲ ਪੰਜਾਬ ਵੱਲ ਜਾਣਾ। ਔਰ ਉਹਦੇ ਲਈ ਮੈਂ ਸਮਝਦਾ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਸਕਦੀ ਆ। ਔਰ ਇਸ ਲਈ ਅਸੀਂ ਇਕੱਠੇ ਹੋ ਕੇ ਮੈਂ ਹਮਲਾ ਮਾਰਨਾ। ਔਰ ਮੈਂ ਛੋਟੇ ਵਰਿੰਦਰ ਨੂੰ ਆਪਣੇ ਵੱਲੋਂ ਗੁੱਡ ਵਿਸ਼ਸ ਦਿੰਦਾ, ਪਰਮੇਸ਼ੁਰ ਇਹਨੂੰ ਕਾਮਯਾਬੀ ਦੇਵੇ। ਮੈਂ ਅੱਜ ਸ਼੍ਰੀ ਰਮਨ ਬਹਿਲ ਜੀ ਦੇ ਨਿਵਾਸ ਸਥਾਨ 'ਤੇ ਆਇਆ, ਜਿਨ੍ਹਾਂ ਨੂੰ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਜੀ, ਮੈਡਮ ਆਸ਼ਾ ਕੁਮਾਰੀ ਜੀ, ਹਰੀਸ਼ ਚੌਧਰੀ ਜੀ, ਤ੍ਰਿਪਤ ਬਾਜਵਾ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਜੀ ਨੇ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਬੇਨਤੀ ਕਰ ਰਹੇ ਸੀ ਰਮਨ ਬਹਿਲ ਜੀ ਨੂੰ, ਔਰ ਉਹਨਾਂ ਨੇ ਅੱਜ ਸਾਡਾ ਮਾਣ ਰੱਖਿਆ ਔਰ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੇ ਅੱਜ ਸਾਡਾ ਜਿਹੜਾ ਸਤਿਕਾਰ ਜਿਹੜਾ ਬਹਾਲ ਕੀਤਾ ਔਰ ਅੱਜ ਐਲਾਨ ਕੀਤਾ ਕਿ ਤਗੜੇ ਹੋ ਕੇ ਮੇਰੀ ਜ਼ਿੰਮੇਵਾਰੀ ਆ ਔਰ ਇਹ ਸੀਟ ਜਿਤਾਉਣਗੇ। ਔਰ ਮੈਨੂੰ ਇਹਨਾਂ ਦੇ ਇਸ ਨਾਲ ਸਾਡੇ ਖੜ੍ਹੇ ਹੋਣ ਦੇ ਬੜਾ ਵੱਡਾ ਬਲ ਮਿਲਿਆ। ਅੱਜ ਮੇਰੀ ਜਿਹੜੀ ਸੀਟ ਆ ਉਹ ਬਿਲਕੁਲ ਕਲੀਅਰ ਹੋ ਗਈ। ਅੱਜ ਜਿੱਤ ਜਿਹੜੀ ਆ ਰਮਨ ਬਹਿਲ ਜੀ ਨੇ ਮੇਰੀ ਪੱਕੀ ਕਰਤੀ ਆ।